ਆ ਦੇ ਵੀ ਆ ਜਿਹੜੇ ਖੁੰਡੇ ਹੈਗੇ ਆਪਣੇ ਪੰਜਾਬ ਦੇ ਵਿੱਚ ਤਾਂ ਰੱਖਦੇ ਆ ਤੇ ਨੇ ਪੁੱਛਦੇ ਆ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਤੁਸੀਂ ਲਿਆ ਕੇ ਆਪਦੇ ਨਾਲ ਨਾਲ ਰੱਖਿਆ ਜੀ ਤਾਂ ਵੀ ਤੁਸੀਂ ਹੁੰਦਾ ਪੂਰਾ ਰੱਖਿਆ ਜੀ ਆਪਦੇ ਨਾਲ ਤੇ ਪੂਰੀ ਪ੍ਰੋਟੈਕਸ਼ਨ ਵਾਸਤੇ ਰੱਖਿਆ ਜੀ ਨਹੀਂ ਜੀ ਇਹ ਵੈਸੇ ਹੀ ਸ਼ੌਂਕ ਲਈ ਹੈ ਜੇ ਘਰ ਲੈ ਜਾ ਕੇ ਰੱਖਣਾ ਹਾਂਜੀ ਹਾਂਜੀ ਸ਼ੌਂਕ ਹੀ ਆ ਹੁਣ ਦੇਖੋ ਆਪਾਂ ਜੇ ਪਿੰਡਾਂ ਦੇ ਵਿੱਚ ਵੇਖ ਕੇ ਤੁਹਾਡੇ ਉਥੇ ਉਮਰ ਹੋਈ ਹੋਣੀ ਆ ਜਿੱਥੇ ਕਿਤੇ ਜਾਣਾ ਨਾਲ ਕੋਈ ਡੰਡਾ ਡੁੰਡਾ ਲੈ ਕੇ ਜਾਣਾ ਹਨਾ ਨਹੀਂ ਤਾਂ ਕਹਿੰਦੇ ਸੀ ਵੀ ਭਾਈ ਸ਼ਾਮ ਜੀ ਹੁੰਦੀ ਹੈ ਡੰਡਾ ਡੁੰਡਾ ਲੈ ਜਾਓ ਤੇ ਕੋਈ ਕੁੱਤਾ ਬਿੱਲਾ ਭਜਾਉਣਾ ਪੈ ਜਾਂਦਾ ਪਰ ਇੱਕ ਹਿਸਾਬ ਦਾ ਇੱਕ ਸਹਾਰਾ ਜਾਂ ਵੀ ਹੁੰਦਾ ਹਨਾ ਹਾਂਜੀ ਇਹਦਾ ਸਹਾਰਾ ਤਾਂ ਬਹੁਤ ਵਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਜਿਹੜਾ ਹਥਿਆਰ ਰੱਖਿਆ ਸੀ ਹਾਂਜੀ ਇਹ ਬੁਰਾਣੇ ਬਜ਼ੁਰਗ ਆਮ ਹੀ ਰੱਖਦੇ ਹੁੰਦੇ ਹੁੰਦੇ ਸੀਗੇ ਹਾਂਜੀ ਇੱਕ ਤਾਂ ਇਹਨੂੰ ਸ਼ਾਨ ਵੀ ਮੰਨਿਆ ਜਾਂਦਾ ਸੀ ਇੱਕ ਇਹ ਤੁਹਾਡੀ ਹਫਾਜ਼ਤ ਵੀ ਕਰਦਾ ਸੀਗਾ ਬੇਲੇ ਇੱਕ ਬੇਲੇ ਕੋਈ ਜਾਨਵਰ ਵਾਸਤੇ ਜਾਂ ਕਿਸੇ ਬੰਦੇ ਵਾਸਤੇ ਵੀ ਇਹ ਵਰਤਿਆ ਜਾਂਦਾ ਸੀ ਤੇ ਇਹ ਇੱਕ ਸਮਝ ਲਓ ਇੱਕ ਸਾਡੀ ਸੇਫਟੀ ਸੀ ਪੁਰਾਣੇ ਜੁਬਾਨੇ ਵਿੱਚ ਹਾਂਜੀ ਜੀ ਔਰ ਕਿਸੇ ਵੀ ਕੰਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਬਾਬਿਆਂ ਦਾ ਪੂਰਾ ਯੋਗਦਾਨ ਹੁੰਦਾ ਤੇ ਅੱਜ ਆਪਾਂ ਜਿਹੜਾ ਨਗਰ ਕੀਰਤਨ ਆ ਤੇ ਰੈ ਲੈਨੇ ਆ ਵੀ ਕਿਵੇਂ ਰਿਆ ਤੋਂ ਇਹਨਾਂ ਨੂੰ ਤਜਰਬਾ ਪੁੱਛਦੇ ਆ ਹੋਰ ਵੀ ਇਹਨਾਂ ਨੇ ਕਾਫੀ ਨਗਰ ਕੀਰਤਨ ਦੇਖੇ ਹੋਣੇ ਆ ਸ਼ਸ਼ੀਕਲ ਜੀ ਪਹਿਲਾਂ ਇਹ ਦੱਸੋ ਜੀ ਤੁਸੀਂ ਬਹੁਤ ਜ਼ਿਆਦਾ ਨਗਰ ਕੀਰਤਨ ਤਾਂ ਦੇਖੇ ਹੋਣੇ ਆ ਤੇ ਅੱਜ ਦੇ ਨਗਰ ਕੀਰਤਨ ਜਾਂ ਯੂਬਾ ਸਿਟੀ ਦੇ ਨਗਰ ਕੀਰਤਨ ਬਾਰੇ ਦੱਸੋ ਤੇ ਆਪਦੀ ਉਮਰ ਦੇ ਹਿਸਾਬ ਨਾਲ ਜਿਹੜੇ ਸਾਡੇ ਦਰਸ਼ਕ ਸੁਣ ਰਹੇ ਇਹਨਾਂ ਨੂੰ ਕੋਈ ਗੁਣ ਦਿਓ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਚੋਹਾਨ ਆ ਅਸੀਂ ਮੈਂ ਸਿਰਫ ਇੱਕੋ ਹੀ ਹੋਰ ਨਗਰ ਕੀਰਤਨ ਦੇਖਿਆ ਸਟੈਪਟਨ ਦਾ ਇੱਕ ਵਾਰੀ ਬਾਕੀ ਅਸੀਂ ਇੱਥੇ 40 42 ਸਾਲ ਤੋਂ ਰਹਿ ਰਹੇ ਹਾਂ ਯੂਬਾ ਸਿਟੀ 'ਚ ਅਸੀਂ ਯੂਬਾ ਸਿਟੀ ਦੇ ਤਕਰੀਬਨ 39 38 39 ਨਗਰ ਕੀਰਤਨ ਦੇਖੇ ਆ ਤੇ ਹਰ ਸਾਲ ਜਿਹੜੇ ਆ ਸੰਗਤ ਉਹ ਵੱਧਦੀ ਜਾਂਦੀ ਆ ਤੇ ਐਸ ਸਾਲ ਪਿਛਲੇ ਸਾਲੋਂ ਵੀ ਬਹੁਤ ਜ਼ਿਆਦਾ ਸੀਗੀ ਤੇ ਹਰ ਸਾਲ ਵੱਧਦੀ ਰਹਿੰਦੀ ਆ ਤੇ ਅਸੀਂ ਬੜੀ ਖੁਸ਼ੀ ਖੁਸ਼ੀ ਮਹਿਸੂਸ ਕਰਦੇ ਆ ਕਿ ਸੰਗਤਾਂ ਦੂਰੋਂ ਨੇੜਿਓਂ ਇੰਗਲੈਂਡ ਤੋਂ ਕੈਨੇਡਾ ਤੋਂ ਤੇ ਖੁਸ਼ ਇੰਡੀਆ ਤੋਂ ਵੀ ਸੰਗਤਾਂ ਹਰ ਸਾਲ ਇਸ ਨਗਰ ਕੀਰਤਨ ਤੇ ਆਉਂਦੀਆਂ ਅਸੀਂ ਆਮ ਲੋਕਾਂ ਦੀ ਜਵਾਨੀ ਸੁਣਿਆ ਕਿ ਅਸੀਂ ਨਿਰਗਰ ਕੀਰਤਨ ਤਾਂ ਬਹੁਤ ਦੇਖੇ ਆ ਪਰ ਜੂਬਾ ਸਿਟੀ ਵਰਗਾ ਨਗਰ ਕੀਰਤਨ ਅਸੀਂ ਕਿਤੇ ਨਹੀਂ ਦੇਖਿਆ ਜੀ